ਤੁਹਾਡੇ ਸਿਰ ਤੇ ਇਨਾਮ ਵੀ ਰੱਖਿਆ ਗਿਆ ਕਿ ਬਲਜਿੰਦਰ ਜਿੰਦੂ ਨੂੰ ਜੋ ਲੈ ਕੇ ਆਊਗਾ ਉਹਨੂੰ ਮੈਂ ਆਪਣੇ ਵੱਲੋਂ 1,00,000 ਦਾ ਇਨਾਮ ਦਊਂਗਾ। ਤੁਹਾਡੇ ਤੇ ਪਰਚਾ ਦਰਜ ਹੋਇਆ ਮੋਦੀਖਾਨਾ ਬੰਦ ਰਿਹਾ, ਉਹਦੀ ਕੀ ਵਜ੍ਹਾ ਰਹੀ ਹੈ ਕਿ ਤੁਹਾਡੀ ਟੀਮ ਪਿੱਛੋਂ ਚਲਾ ਨਹੀਂ ਸਕਦੀ? ਕਿਉਂਕਿ ਵਿਰੋਧੀਆਂ ਨੇ ਤੁਹਾਡੇ ਤੇ ਇਹ ਵੀ ਐਲੀਗੇਸ਼ਨ ਲਗਾਏ ਨੇ ਕਿ ਬਲਜਿੰਦਰ ਸਿੰਘ ਜਿੰਦੂ ਇਸ ਮੌਕੇ ਦੀ ਭਾਲ ਕਰ ਰਹੇ ਸੀ ਕਿ ਕਦੋਂ ਉਹਨਾਂ ਤੇ ਕੋਈ ਹੋਵੇ ਤੇ ਉਹ ਮੋਦੀਖਾਨਾ ਬੰਦ ਕਰਕੇ ਦੂਜਿਆਂ ਨੂੰ ਟਾਰਗੇਟ ਕਰਨ। 12 ਦਿਨ ਸੇਵਾ ਬੰਦ ਰਹੀ ਹੈ, ਅੱਜ 12ਵਾਂ ਦਿਨ ਹੈ। 12 ਦਿਨਾਂ ਦੇ ਵਿੱਚ ਕਿਸੇ ਬੰਦੇ ਨੇ ਕੋਈ ਮੋਦੀਖਾਨਾ ਖੋਲਿਆ, ਕਿਸੇ ਬੰਦੇ ਨੂੰ ਕੋਈ ਸਸਤੀ ਦਵਾਈ ਮਿਲੀ, ਕਿਸੇ ਨੇ ਕੋਈ ਸੇਵਾ ਸ਼ੁਰੂ ਕੀਤੀ? ਸਿਰਫ ਵਿਰੋਧ ਕੀਤਾ। ਕਿਸੇ ਨੇ ਆਪਣੇ ਵੱਲੋਂ ਐਫਰਟ ਨਹੀਂ ਕੀਤਾ ਕਿ ਅਸੀਂ ਕਿਸੇ ਗਰੀਬ ਨੂੰ ਸਸਤੀ ਦਵਾਈ ਲੈ ਦਈਏ, ਸਿਰਫ ਗੱਲਾਂ ਕੀਤੀਆਂ। ਸੋ ਅਸੀਂ ਵੀਰੇ ਗੱਲਾਂ ਵਾਲੇ ਨਹੀਂ। ਗੁਰੂ ਰਾਮਦਾਸ ਕਿਰਪਾ ਕਰੂ, ਕੱਲ੍ਹ ਤੋਂ ਇਹ ਸੇਵਾ ਜਲਦੀ ਆਰੰਭ ਹੋਊਗੀ। ਪਹਿਲੇ ਵਕੀਲ ਸਾਹਿਬ ਨਾਲ ਵੀ ਗੱਲ ਅਧੂਰੀ ਜੀ ਹੋਈ ਹੈ ਅਤੇ ਪਹਿਲਾਂ ਵਕੀਲ ਸਾਹਿਬ ਨੂੰ ਮਿਲ ਕੇ ਸਾਰੀ ਜਾਣਕਾਰੀ ਲੈ ਲਈਏ ਵੀ ਕੀ ਆਰਡਰ ਆਇਆ, ਉਹਦੇ ਵਿੱਚ ਕੀ ਹਦਾਇਤਾਂ ਹੋਈਆਂ। ਪਿਛਲੇ ਕਾਫੀ ਦਿਨਾਂ ਤੋਂ ਗੁਰੂ ਨਾਨਕ ਮੋਦੀਖਾਨੇ ਵਾਲੇ ਬਲਜਿੰਦਰ ਸਿੰਘ ਜਿੰਦੂ ਦਾ ਵਿਵਾਦ ਚੱਲ ਰਿਹਾ ਸੀ। ਉਹਨਾਂ 'ਤੇ FIR ਦਰਜ ਸੀ ਕਿ ਉਹਨਾਂ ਨੇ ਸ਼੍ਰੀ ਰਾਮਚੰਦਰ ਜੀ ਬਾਰੇ ਅਪਸ਼ਬਦ ਬੋਲੇ ਨੇ। ਅਦਾਲਤ ਦੇ ਵਿੱਚ ਕੇਸ ਸੀ, ਪਰ ਅੱਜ ਅਦਾਲਤ ਨੇ ਬਲਜਿੰਦਰ ਸਿੰਘ ਜਿੰਦੂ ਨੂੰ ਕੁਛ ਰਾਹਤ ਦਿੱਤੀ ਹੈ। 7 ਤਰੀਕ ਤੱਕ ਜਿਹੜੀ ਹੈ ਉਹਨਾਂ ਦੀ ਰੋਕ ਲਗਾ ਦਿੱਤੀ ਹੈ ਅਤੇ 7 ਤਰੀਕ ਨੂੰ ਅੱਗੇ ਹੋਰ ਸੁਣਵਾਈ ਹੋਏਗੀ। ਪਰ ਹੁਣ ਕਾਫੀ ਜਿਹੜੀ ਉਹਨਾਂ ਨੂੰ ਇੱਕ ਰਾਹਤ ਅਦਾਲਤ ਵੱਲੋਂ ਮਿਲੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ 'ਤੇ ਰੋਕ ਲੱਗ ਚੁੱਕੀ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣੇ ਚੈਨਲ 'ਤੇ ਬਲਜਿੰਦਰ ਸਿੰਘ ਜਿੰਦੂ ਨੂੰ ਮਿਲਾਉਣ ਜਾ ਰਹੇ ਹਾਂ, ਸਾਡੇ ਨਾਲ ਮੌਜੂਦ ਨੇ ਜਿੰਦੂ ਜੀ। ਅਦਾਲਤ ਨੇ ਹੁਣ ਗ੍ਰਿਫਤਾਰੀ 'ਤੇ ਤੁਹਾਡੀ ਰੋਕ ਲਗਾ ਦਿੱਤੀ ਹੈ, ਕਾਫੀ ਲੰਬਾ ਵਿਵਾਦ ਚਲਾ ਗਿਆ। ਧੰਨਵਾਦ ਕਰਦੇ ਹਾਂ ਜੀ ਮਾਣਯੋਗ ਅਦਾਲਤ ਦਾ। ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੇਰੇ ਸਤਿਕਾਰਯੋਗ ਵਕੀਲ ਸਾਹਿਬਾਨ ਦਾ, ਜਿਨ੍ਹਾਂ ਨੇ ਇਸ ਕੇਸ ਨੂੰ ਪਰਸਿਊ ਕੀਤਾ ਅਤੇ ਜੋ ਅਦਾਲਤ ਤੋਂ ਹੁਣ ਹੁਕਮ ਮਨਾਇਆ। ਮੈਨੂੰ ਹਲੇ ਕਾਪੀ ਤਾਂ ਨਹੀਂ ਮਿਲੀ ਆਰਡਰ ਦੀ, ਪਰ ਇਹ ਹੈ ਵੀ ਹਲੇ ਵਕੀਲ ਸਾਹਿਬ ਨਾਲ ਵੀ ਗੱਲ ਅਧੂਰੀ ਜੀ ਹੋਈ ਹੈ ਅਤੇ ਪਹਿਲਾਂ ਵਕੀਲ ਸਾਹਿਬ ਨੂੰ ਮਿਲ ਕੇ ਸਾਰੀ ਜਾਣਕਾਰੀ ਲੈ ਲਈਏ ਵੀ ਕੀ ਆਰਡਰ ਆਇਆ, ਉਹਦੇ ਵਿੱਚ ਕੀ ਹਦਾਇਤਾਂ ਹੋਈਆਂ, ਫਿਰ ਉਸ ਤੋਂ ਬਾਅਦ ਇਹਦੇ ਬਾਰੇ ਮੈਂ ਖੁੱਲ੍ਹ ਕੇ ਗੱਲ ਕਰਾਂਗਾ। ਪਰ ਜੋ ਵੀ ਆਇਆ ਧੰਨਵਾਦ ਹੈ ਸਾਰਿਆਂ ਦਾ। ਜਿੰਦੂ ਜੀ, ਕਾਫੀ ਜਿਹੜਾ ਇਹ ਵਿਵਾਦ ਕਿਤੋਂ ਦੀ ਕਿਤੇ ਪਹੁੰਚਿਆ, ਤੁਹਾਡੇ 'ਤੇ ਐਲੀਗੇਸ਼ਨਸ ਲੱਗੇ, ਤੁਹਾਡੇ 'ਤੇ ਪਰਚਾ ਦਰਜ ਹੋਇਆ, ਤੁਸੀਂ ਖੁਦ ਇੱਥੇ ਨਹੀਂ ਸੀਗੇ, ਕਿੱਦਾਂ ਦਾ ਹੁਣ ਦਿਲ ਨੂੰ ਦੁੱਖ ਲੱਗ ਰਿਹਾ? ਕਿਉਂਕਿ ਗੁਰੂ ਨਾਨਕ ਮੋਦੀਖਾਨੇ ਦੀ ਸੇਵਾ ਜਿਹੜੀ ਬੰਦ ਹੋ ਗਈ, ਜਦੋਂ ਆਖਰੀ ਵਾਰੀ ਜਿਸ ਦਿਨ ਤੁਹਾਡੇ 'ਤੇ ਕੇਸ ਦਰਜ ਹੋਇਆ ਸੀ ਉਸ ਦਿਨ ਵੀ ਆਪਣੀ ਗੱਲ ਹੋਈ ਸੀ ਕਿ ਲੋਕਾਂ ਨੂੰ ਨੁਕਸਾਨ ਹੋਇਆ ਇਸ ਚੀਜ਼ ਦਾ। ਵੀਰੇ, ਜਦੋਂ ਲੋਕਡਾਊਨ ਸ਼ੁਰੂ ਹੋਇਆ ਸੀ ਨਾ ਮਾਰਚ ਦੇ ਮਹੀਨੇ 'ਚ, ਅਸੀਂ 24 ਤਰੀਕ ਤੋਂ 25 ਤਰੀਕ ਤੋਂ ਸ਼ੁਰੂ ਹੋ ਗਏ ਸੀ। 25 ਮਾਰਚ ਤੋਂ ਸ਼ੁਰੂ ਹੋਏ ਅਤੇ ਟਿਲ ਡੇਟ ਤੱਕ ਜਿਹੜਾ ਆ ਅਸੀਂ ਸੇਵਾ ਕਰ ਰਹੇ ਸੀ, ਸੱਚੇ ਪਾਤਸ਼ਾਹ ਸੇਵਾ ਲੈ ਰਹੇ ਸੀ ਅਤੇ ਜਿਵੇਂ ਜਿਵੇਂ ਮਾਲਕ ਨੇ ਸਮੱਤ ਦਿੱਤੀ ਉਵੇਂ ਉਵੇਂ ਸੇਵਾ ਕਰੀ ਗਏ। ਪਰ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਸੇਵਾ ਦਾ, ਸੱਚ ਦੱਸਾਂ ਕਿਸੇ ਨੇ ਵੀ ਸੋਚਿਆ ਨਹੀਂ ਸੀ ਵੀ ਇਹ ਪ੍ਰੋਜੈਕਟ ਇੱਦਾਂ ਚੱਲਣਾ, ਇੰਨੀ ਸੇਵਾ ਹੋਣੀ ਹੈ ਅਤੇ ਮਾਲਕ ਦੀ ਕਿਰਪਾ ਨਾਲ ਸੰਗਤ ਨੇ ਇੰਨਾ ਪਿਆਰ ਕਰਨਾ। ਅਤੇ ਜਦੋਂ ਇਹ ਪ੍ਰੋਜੈਕਟ ਚੱਲਿਆ, ਜਿਵੇਂ ਜਿਵੇਂ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣੀ, ਉਵੇਂ ਉਵੇਂ ਵਿਰੋਧਤਾ ਵੀ ਸ਼ੁਰੂ ਹੋ ਗਈ। ਕਈ ਲੋਕ ਐਸੇ ਸੀ ਜਿਹੜੇ ਪਹਿਲੇ ਦਿਨ ਤੋਂ ਇਹਦੀ ਵਿਰੋਧਤਾ ਕਰ ਰਹੇ ਸੀ, ਉਹਨਾਂ ਨੇ ਗਾਏ ਬਗਾਏ ਕਿਤੇ ਨਾ ਕਿਸੇ ਤਰੀਕੇ ਨਾਲ ਵਿਰੋਧਤਾ ਦਾ ਕੰਮ ਜਾਰੀ ਰੱਖਿਆ। ਅਸੀਂ ਪਰਵਾਹ ਨਹੀਂ ਕੀਤੀ ਵੀ ਸਾਨੂੰ ਸੇਵਾ ਮਿਲੀ ਆ, ਸਾਡਾ ਕੋਈ ਮਨੋਰਥ ਨਹੀਂ। ਸੋ ਜਿਹੜੇ ਲੋਕ ਵਿਰੋਧੀ ਸੀ ਉਹ ਨਿਗਾਹ ਟਕਾ ਕੇ ਬੈਠੇ ਸੀ ਵੀ ਕਿਤੇ ਨਾ ਕਿਤੇ ਜਾ ਕੇ ਇਹਨਾਂ ਵੱਲੋਂ ਕੋਈ ਐਸੀ ਗੱਲ ਹੋਵੇ ਜਿੱਥੇ ਅਸੀਂ ਆਪਣਾ ਵਿਰੋਧ ਖੁੱਲ੍ਹ ਕੇ ਕਰੀਏ ਅਤੇ ਲਾਈਮਲਾਈਟ 'ਚ ਆਈਏ ਅਤੇ ਲੋਕਾਂ ਦੇ ਵਿੱਚ ਜਿਹੜੀ ਸ਼ੋਹਰਤ ਇਹਨਾਂ ਨੂੰ ਸੇਵਾ ਕਰਕੇ ਮਿਲੀ ਹੈ ਅਸੀਂ ਉਹ ਸ਼ੋਹਰਤ ਇਹਨਾਂ ਦੀ ਵਿਰੋਧਤਾ ਕਰਕੇ ਖੱਟੀਏ। ਸੋ ਉਹ ਇਹ ਕਹਿ ਸਕਦੇ ਆ ਵੀ ਆਪਣੇ ਇਹਨਾਂ ਮਨਸੂਬਿਆਂ 'ਚ ਕਿਤੇ ਨਾ ਕਿਤੇ ਕਾਮਯਾਬ ਹੋ ਗਏ। ਜਿੰਦੂ ਜੀ, ਮੋਦੀਖਾਨਾ ਤੁਸੀਂ ਤੁਹਾਡੇ 'ਤੇ ਪਰਚਾ ਦਰਜ ਹੋਇਆ ਮੋਦੀਖਾਨਾ ਬੰਦ ਰਿਹਾ, ਉਹਦੀ ਕੀ ਵਜ੍ਹਾ ਰਹੀ ਹੈ ਕਿ ਤੁਹਾਡੀ ਟੀਮ ਪਿੱਛੋਂ ਚਲਾ ਨਹੀਂ ਸਕਦੀ? ਕਿਉਂਕਿ ਵਿਰੋਧੀਆਂ ਨੇ ਤੁਹਾਡੇ 'ਤੇ ਇਹ ਵੀ ਐਲੀਗੇਸ਼ਨ ਲਗਾਏ ਨੇ ਕਿ ਬਲਜਿੰਦਰ ਸਿੰਘ ਜਿੰਦੂ ਇਸ ਮੌਕੇ ਦੀ ਭਾਲ ਕਰ ਰਹੇ ਸੀ ਕਿ ਕਦੋਂ ਉਹਨਾਂ 'ਤੇ ਕੋਈ ਹੋਵੇ ਅਤੇ ਉਹ ਮੋਦੀਖਾਨਾ ਬੰਦ ਕਰਕੇ ਦੂਜਿਆਂ ਨੂੰ ਟਾਰਗੇਟ ਕਰਨ। ਨਹੀਂ ਦੇਖੋ, ਮੈਂ ਤੁਹਾਨੂੰ ਕਹਿ ਰਹਾ ਨਾ, ਵਿਰੋਧੀਆਂ ਨੇ ਅੱਜ ਤੱਕ ਜਦੋਂ ਦੀ ਸੇਵਾ ਸ਼ੁਰੂ ਹੋਇਆ ਸਿਵਾਏ ਐਲੀਗੇਸ਼ਨ ਤੋਂ ਕੀਤਾ ਹੀ ਕੁਛ ਨਹੀਂ। ਪਰ ਮੈਨੂੰ ਤੁਸੀਂ ਵੀ ਇੱਕ ਗੱਲ ਦੱਸੋ, ਪਹਿਲੇ ਦਿਨ ਤੋਂ ਤੁਸੀਂ ਵੀ ਜੁੜੇ ਹੋ, ਕੀ ਕੋਈ ਐਲੀਗੇਸ਼ਨ ਸਾਬਤ ਹੋਇਆ ਅੱਜ ਤੱਕ? ਜਿੰਨੇ ਵੀ ਐਲੀਗੇਸ਼ਨ ਲੱਗੇ ਕੁਛ ਸਾਬਤ ਨਹੀਂ ਹੋਇਆ। ਹਾਂ, ਉਹਨਾਂ ਨੇ ਲਾਉਣੇ, ਉਹਨਾਂ ਦਾ ਕਰਮ ਹੈ। ਹੁਣ ਜਿਹੜਾ ਬੰਦਾ ਵਿਰੋਧੀ ਹੈ ਨਾ, ਅਤੇ ਉਹਦਾ ਕੰਮ ਕੀ ਹੁੰਦਾ? ਉਹਨੇ ਹਰ ਗੱਲ ਦੇ ਵਿੱਚ ਵਿਰੋਧ ਕਰਨਾ, ਉਹਦਾ ਸੁਭਾਅ ਹੁੰਦਾ। ਜਿਹੜੀ ਗੱਲ ਰਹੀ ਗੁਰੂ ਨਾਨਕ ਮੋਦੀਖਾਨਾ ਬੰਦ ਹੋਣ ਦੀ, ਤਾਂ ਵੀਰ ਮੈਂ ਇੱਕ ਗੱਲ ਕਹਿ ਸਕਦਾ, ਇੰਨਾ ਦੁੱਖ ਉਹਨਾਂ ਲੋਕਾਂ ਨੂੰ ਨਹੀਂ ਹੋਇਆ ਹੋਣਾ ਜਿਹੜੇ ਦੂਰ ਦੁਰਾਡਿਓ ਆ ਕੇ ਦਵਾਈ ਲੈਣ ਆਏ ਅਤੇ ਦਵਾਈ ਨਹੀਂ ਮਿਲੀ, ਜਿੰਨਾ ਦੁੱਖ ਸਾਨੂੰ ਅਤੇ ਸਾਡੇ ਨਾਲ ਜਿਹੜੇ ਸੇਵਾ ਕਰਦੇ ਬਜ਼ੁਰਗ ਆ ਉਹਨਾਂ ਨੂੰ ਹੋਇਆ ਕਿ ਯਾਰ ਸਾਡੀ ਸੇਵਾ ਖੁੱਸ ਗਈ। ਅਸੀਂ ਨਹੀਂ ਕਦੇ ਸੋਚਿਆ ਸੀ ਵੀ ਇੱਦਾਂ ਸੇਵਾ ਸ਼ੁਰੂ ਹੋਊਗੀ ਅਤੇ ਜਿਹੜਾ ਸਾਡੀ ਜ਼ਿੰਦਗੀ ਦਾ ਮਿਸ਼ਨ ਬਣ ਜੂਗਾ। ਇਹ ਸਾਡੀ ਜ਼ਿੰਦਗੀ ਦਾ ਮਿਸ਼ਨ ਹੈ ਯਾਰ, ਜਿਹੜਾ ਇਹ ਮਾਫੀਆ ਨਾ,
मैडिकल माफिया ये नाल जिहड़ी असी ये लड़ाई शुरू की सी सिर्फ इन्ना चाहते सी यार असी लोगों नू सस्तियां दवाइयां मुहैया कराइए पर यह मिशन जिंदगी का बन जूगा होर कोई चीज़ चंगी नहीं लगेगी पर जदों चंगे काम नू जाओ तो अड़चना बहुत आउंदियां सो उहदा ही हिस्सा है कि सानू ये अड़चन आई पिछों टीम नू आम तौर पर जिहड़ा प्रचार किया गया कि मोदीखाना खोलो मैं एक गल पुछनी चाहुंदा 12 दिन सेवा बंद रही है अज 12वां दिन है 12 दिनों के किसी बंदे ने कोई मोदीखाना खोलिया किसी बंदे नू कोई सस्ती दवाई मिली किसी ने कोई सेवा शुरू की सिर्फ विरोध किया हुण जे मोदीखाना बंद रहा तो विरोध भी बंद हो गया सी हुण बहुत जल्द गुरु रामदास कृपा करूगा अज या कल दे विच मोदीखाने की सेवा शुरू हो जानी है तो जिहड़े विरोधी आ फिर झूठे पै जाने भी सेवा तो फिर शुरू होगी तो उदू बाद फिर सेवा होनी है तो किसी ने अपने वालों एफर्ट नहीं किया कि अं किसी गरीब नू सस्ती दवाई लै दीए सिर्फ गल्लां कीतियां सो असी वीरे गल्लां वाले नहीं गुरु रामदास कृपा करूँ कल तो यह सेवा जल्दी आरंभ होगी जिथे ये प्रचार किया गया उत्थे साड़ी टीम नू बड़िया दिक्कतों का सामना करना पिया बड़िया धमकियां आईया उन्होंने भी तुसी खोल के दिखाओ तुसी अस्तीफे दो सो बड़े तरह का टॉर्चर किया गया तो मैं उन्होंने भी एक गल कहिंदा सी भी तकड़े रहो गुरु रामदास कृपा करूगा भी एक मैं लफज सुनिया सी किते ये वक्त गुजर जाएगा तो जे चंगा वक्त नहीं रहिंदा तो माड़ा भी नहीं रहना तकड़े रहा जे सेवा करांगे पर उन्होंने मैनू ये कहा भी सानू पिछों जिहड़ियां मुश्किलां आ रही दवाइयां नू लैके बड़ी मुश्किल आ रही भी कित्थों दवाई आउणी है किहदे नाल किवें डील करदे हो कित्थों लैंदे हो क्योंकि सानू दवाइयां इकट्ठियां करन च बहुत मुश्किल आउंदी है बड़ियां वक्खरियां स्टेटां तों मैं दवाइयां जिहड़ियां इत्थे अरेंज करके लिआउणा सो ये मैनू ही पता सी भी किहड़ी दवाई कित्थों आउंदी है तुहानू पता जदों तुसीं केस दे चलदे गायब होए सीगे तुहाडे सिर ते इनाम भी रख्या गया कि बलजिंदर जिंदू नू जो लैके आऊगा उहनू मैं अपने वल्लों इन्ने लख दा इनाम दऊंगा चलो ये उन्हों का काम है जी विरोधियों ने जी स्टेटमेंट देनी होंगी है वह उन्होंने लाइमलाइट छाने वास्ते मीडिया च अपनी टौर बनाने वास्ते कोई ना कोई स्टेटमेंट देनी है सो दे लैन जी तो मेरा तो तुसी आप वेख्या ही होना कि मैं कितने गायब नहीं सी होया इत्थे सी हालांकि चलो ठीक है कानून ने अपना काम किया तो मैं जो मैनू कानूनी हदायत सी मेरे वकील साहबाना वालों उन्होंने जो मैं हदायत की मैं उसकी पालना की हुण अगे की तुहाडी रणनीति रहेगी भी जी साडी रणनीति पहले दिन तो बड़ी क्लीयर है यार सेवा करन आए हैं घरों सेवा करनी है ना किसी नू डराउण आए हैं ना किसी नू नीवा दिखाउण आए हैं ना किसी नाल लड़न आए हैं साडी टीम दे विच हिंदू भी है सिख भी है सारा ही है असी तो कहने जिहड़ा मर्जी आवे आ के सेवा कर सकदा साडे वल्लों तो ओपन हुंदा सीगा पर जदों सानू मुश्किलां दा सामना करना पिया फिर किसी सेवा नू चलाउण वास्ते कठोर फैसले करने पैंदे आ सो उहदे विच टीम ने जो फैसला लिया उहदे नाल असी सेवा कर रहे हां पर मैं एक गल फिर कह देनी चाहुंदा तुहानू एडा दुख नहीं होया होना जिन्हां नू दवाई नहीं मिली जिन्ना दुख मैनू ते मेरी टीम नू होया कि साडी 12 दिन सेवा खुस गई एक मेरा साथ दिओ मैं तुहाडे तों किसे तरह की अपील नहीं करदा किसे तरह का साथ नहीं मंगदा प्रशासन तो सानू ये परमिशन लै दिओ अगे ये गुरु नानक मोदीखाना 12 घंटे खुलदा सी सुबह 9 तो राति 9 तक अज मैं तुहानू ये गल कहना कि मैनू सरकार अलाओ करे ये मोदीखाना 24 घंटे खोलांगे जिहड़ी साडी 12 दिन सेवा खुशी है असी उस सेवा नू दोहरे तरीके नाल पूरा करना चाहुंदे आ सानू डीसी साहब अलाओ करन असी 24 घंटे गुरु नानक मोदीखाना बहुत बहुत धन्यवाद जी सन साढ़े नाल बलजिंदर सिंह जिंदू जी सब तो पहला बयान तुसी लुधियाना टाइम्स ते देखोगे ये भी तुहानू दस दईए कि हुण कल तो जिहड़ा गुरु नानक मोदीखाना शुरू होण लग्गिया संगतां दे वास्ते फिर तो उत्थे सेवा जारी होण लगी है जिहड़े भी लोकां नू दवाइयां दे करके पिछले काफ़ी दिनों तो दिक्कतां परेशानियां आ रही सी काफ़ी दूरों दूरों लोग जिहड़े मोदीखाने पहुँच रहे सीगे पर दवाइयां ना मिलण करके उन्हां नू मायूस हो के वापस जाना पै रहा सी उन्हां नू कल तो हुण जिहड़ियां सस्तियां दवाइयां मिलनियां शुरू हो जाणगियां क्योंकि कल तो गुरु नानक मोदीखाना खुल जाएगा तो वधेरे अपडेट्स लई साडे नाल जुड़े रहो लुधियाणा तो सनमजीत सिंह कैमरामैन सतवंत मठाड़ू दे नाल लुधियाणा टाइम वधेरे जानकारी लई सबसक्राइब करो साडा यूट्यूब चैनल पब्लिक टाइम्स अते नोटिफिकेशन लई बैल आइकन ते क्लिक करना ना भुल्लो